ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕਿਵੇਂ ਵੀ ਸਾਰੇ ਵਧੀਆ ਹੀ ਠੀਕ ਠਾਕ ਹੀ ਤੇ ਹਰ ਬਾਰ ਦੀ ਤਰ੍ਹਾਂ ਹੀ ਆਪਾਂ ਦੇਖਦੇ ਆਂ ਪਿਛਲੇ 24 ਘੰਟਿਆਂ ਦੇ ਵਿੱਚ ਇਟਲੀ ਦੇ ਵਿੱਚ ਕਿੰਨੇ ਨਵੇਂ ਕੇਸ ਆਏ ਆ ਤੇ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਦੰਦਿਆਂ ਹੀ ਅਗਲੀ ਅਪਡੇਟ ਅਗਲੀਆਂ ਕੁਝ ਖਬਰਾਂ ਬਾਰੇ ਦੱਸਦੇ ਆਂ ਤੇ ਦੇਖੀਏ ਆਪਾਂ ਪਿਛਲੇ ਜਿਹੜੇ 24 ਘੰਟਿਆਂ ਦੇ ਵਿੱਚ ਇਟਲੀ ਦੇ ਵਿੱਚ ਨਿਊ ਕੇਸ ਆਏ ਆ 11831 ਨਵੇਂ ਕੇਸ ਆਏ ਆ ਤੇ ਜਿਹੜੀ ਡੈਥ ਹੋਈ ਹੈ ਇਹ ਉਹ 364 ਜਾਣਿਆਂ ਦੀ ਨਿਊ ਡੈਥ ਹੋਈ ਆ ਤੇ ਜਿਹੜੀ ਟੋਟਲ ਹੁਣ ਤੱਕ ਡੈਥ ਹੋ ਚੁੱਕੀ ਹੈ ਇਟਲੀ ਦੇ ਵਿੱਚ ਹੀ ਉਹ 74958 ਬੰਦੇ ਦੀ ਹੁਣ ਤੱਕ ਡੈਥ ਹੋ ਚੁੱਕੀ ਆ ਤੇ ਜਿਹੜੇ ਟੋਟਲ ਕੇਸ ਆਈ ਉਹਨਾਂ ਵਿੱਚ ਜਿਵੇਂ ਵਾਧਾ ਹੋਇਆ ਤਾਂ ਹੀ 2141201 ਹੁਣ ਟੋਟਲ ਕੇਸ ਹੋ ਚੁੱਕੇ ਆ ਇਟਲੀ ਦੇ ਵਿੱਚ ਤੇ ਜਿਹੜੇ ਠੀਕ ਹੋਣ ਵਾਲਿਆਂ ਦੀ ਉਹਨਾਂ ਦੀ ਗਿਣਤੀ ਹੈਗੀ ਆ 1499154 ਤੇ ਜਿਹੜੇ ਇਸ ਟਾਈਮ ਇਟਲੀ ਦੇ ਵਿੱਚ ਐਕਟਿਵ ਕੇਸ ਆ 570000 62 ਐਸ ਟਾਈਮ ਇਟਲੀ ਦੇ ਵਿੱਚ ਐਕਟਿਵ ਕੇਸ ਆ ਤੇ ਆਈ ਸੀ ਯੂ ਦੇ ਵਿੱਚ ਜਿਹੜੇ ਉਹ 2569 ਐਸ ਟਾਈਮ ਬੰਦਾ ਇਸ ਸੀਰੀਅਸ ਕੰਡੀਸ਼ਨ ਦੇ ਵਿੱਚ ਤੇ ਹੁਣ ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਅਪਡੇਟ ਵੱਲ ਤੇ ਨੈਕਸਟ ਅਪਡੇਟ ਜਾਣ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਨਵੇਂ ਆ ਤੇ ਆਪਣੀ ਵੀਡੀਓ ਨੂੰ ਪਹਿਲੀ ਵਾਰੀ ਸੁਣ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਤਾਂ ਬੈਲ ਆਈਕਨ ਵੀ ਦਬਾ ਲਿਓ ਤੇ ਹੁਣ ਚੱਲਦੇ ਆਂ ਆਪਾਂ ਆਪਣੀ ਨੈਕਸਟ ਖਬਰ ਵੱਲ ਜਿਹੜੀ ਹੁਣ ਨੈਕਸਟ ਖਬਰ ਆਈ ਉਹ ਹੈਗੀ ਐ ਨਵੇਂ ਸਾਲ ਵਾਲੇ ਦਿਨ ਹੀ ਫਾਇਰ ਵਗਰੇਡ ਨੂੰ ਹੀ 229 ਵਾਰੀ ਆਉਣਾ ਪਿਆਈ ਪਿਛਲੇ ਸਾਲ ਜਿਹੜੇ ਇਹ ਆਏ ਸੀਗੇ ਤਾਂ ਹੀ ਇਹ 686 ਵਾਰੀ ਆਏ ਸੀਗੇ ਮਤਲਬ ਇਹ ਜਿਹੜਾ ਹੀ ਇਹ ਪਿਛਲੇ ਸਾਲ ਦੇ ਨਾਲੋਂ ਕਾਫੀ ਜ਼ਿਆਦਾ ਹੀ ਘਟੇ ਦੇ ਕਰਕੇ ਆ ਵੀ ਜਿਵੇਂ ਹੀ ਹੁਣ ਪਾਬੰਦੀਆਂ ਵਾਇਰਸ ਦੇ ਕਰਕੇ ਕੋਵਿਡ-19 ਦੇ ਕਰਕੇ ਪਰ ਫਿਰ ਵੀ ਜਿਹੜੇ ਹੀ ਲੋਕਾਂ ਨੇ ਕਾਫੀ ਜ਼ਿਆਦਾ ਵੀ ਜੇ 229 ਵਾਰੀ ਘਟ ਨਹੀਂ ਹੁੰਦਾ ਹੀ ਜਿਹੜਾ ਹੀ ਫਾਇਰ ਬਗਰੇਡ ਨੂੰ ਹੀ ਆਉਣਾ ਪਿਆ ਵੀ ਫਿਰ ਵੀ ਕਾਫੀ ਜ਼ਿਆਦਾ ਹੀ ਇਹ ਵੀ ਇੰਨੀਆ ਪਾਬੰਦੀਆਂ ਹੋਣ ਦੇ ਬਾਵਜੂਦ ਵੀ ਵੀ ਇੰਨੀ ਜ਼ਿਆਦਾ ਹੀ ਲੋਕਾਂ ਨੇ ਆ ਆਪਸ ਦੇ ਵਿੱਚ ਜਿਵੇਂ ਪਟਾਕੇ ਵਗੈਰਾ ਚਲਾਏ ਆ ਤੇ ਪੂਰਾ ਮਨੋਰੰਜਨ ਕੀਤਾ ਹੀ ਆਪਣਾ ਜਿਵੇਂ ਘਰ ਦੇ ਵਿੱਚ ਰਹਿਣ ਲਈ ਕਿਹਾ ਗਿਆ ਸੀਗਾ ਜੀ ਉਹ ਪਾਬੰਦੀਆਂ ਬਹੁਤ ਘੱਟ ਲੋਕਾਂ ਨੇ ਹੀ ਫੋਲੋ ਕਰੀਆਂ ਤੇ ਜਿਹੜੇ ਇਹ ਇਸ ਵਾਰ ਹੀ ਆਏ ਆ ਤਾਂ ਹੀ ਲੋਸੀਓ ਦੇ ਵਿੱਚ 45 ਵਾਰ ਹੀ ਆਏ ਆ ਤੇ ਕੰਪਨੀਆਂ ਦੇ ਵਿੱਚ 40 ਵਾਰੀ ਫਾਇਰ ਵਗਰੇਡ ਨੂੰ ਆਉਣਾ ਪਿਆ ਈ ਅੱਗ ਲੱਗਣ ਦੇ ਕਰਕੇ ਤੇ ਪੂਲੀਆ ਦੇ ਵਿੱਚ 24 ਵਾਰੀ ਤੇ ਵੈਂਟੋ ਦੇ ਵਿੱਚ 19 ਵਾਰੀ ਤੇ ਲੰਬਰਦੀਆ ਦੇ ਵਿੱਚ 18 ਵਾਰੀ ਇਹਨਾਂ ਨੂੰ ਆਉਣਾ ਪਿਆ ਤੇ ਸੁਚੀਲੀਆ ਚ 17 ਵਾਰੀ ਤੇ ਲੰਗੂਰੀਆ ਦੇ ਵਿੱਚ 16 ਵਾਰੀ ਇਹਨਾਂ ਨੂੰ ਆਉਣਾ ਪਿਆ ਤੇ ਇਸ ਵਾਰੀ ਇੱਕ ਜਾਨੇ ਦੀ ਡੈਥ ਦੱਸੀ ਜਾ ਰਹੀ ਹੈ ਵੀ ਇੱਕ ਜਾਨੇ ਦੀ ਡੈਥ ਹੋਈ ਆ ਤੇ 23 ਜਾਨਿਆਂ ਨੂੰ ਹੀ ਦਾਖਲ ਕਰਾਉਣਾ ਪਿਆ ਤੇ 79 ਲੋਕ ਹੋਏ ਆਈ ਫਟੜ ਵੀ ਜਿਹੜੇ ਜ਼ਖਮੀ ਹੋਏ ਆਈ ਜਿਵੇਂ ਪਟਾਕਿਆਂ ਦੀ ਵਜ੍ਹਾ ਦੇ ਕਾਰਨ ਲਾ ਲੋ ਜਾਂ ਕਿਸੇ ਵੀ ਵਜ੍ਹਾ ਦੇ ਕਾਰਨ ਵੀ ਜਿਹੜਾ ਹੀ 79 ਜਾਣਿਆਂ ਨੂੰ ਇੱਕ ਘਟ 80 ਜਾਣਿਆਂ ਨੂੰ ਹੀ ਫਟੜ ਦੱਸਿਆ ਜਾ ਰਿਹਾ ਵੀ ਜਿਹੜੇ ਫਟੜ ਹੋਏ ਆ ਉਹ ਤੇ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਹੀ ਪਿਛਲੇ ਸਾਲ ਵੀ ਇੱਕ ਜਾਨੇ ਦੀ ਉਹ ਡੈਥ ਹੋਈ ਸੀਗੀ ਤੇ 204 ਜਾਣੇ 78 204 ਜਾਣੇ ਹੀ ਫਟੜ ਹੋਏ ਆ ਤੇ ਜਿਵੇਂ ਹੀ ਆਪਾਂ ਨੇ ਤੁਹਾਨੂੰ ਦੱਸਿਆ ਹੀ 79 ਜਾਣੇ ਆ ਇਸ ਵਾਰੀ ਇੱਕ ਘਟ 80 ਜਾਣੇ ਹੀ ਫਟੜ ਹੋਏ ਆ ਪਿਛਲੇ ਸਾਲ ਹੀ 204 ਜਾਣੇ ਫੱਟੜ ਹੋਏ ਸੀਗੇ ਤੇ ਇਸ ਤੋਂ ਬਾਅਦ ਚੱਲਦੀ ਨੈਕਸਟ ਖਬਰ ਵਾਲ ਜਿਹੜੀ ਨੈਕਸਟ ਖਬਰ ਆਈ ਉਹ ਹੈਗੀ ਆਈ ਬ੍ਰਾਜ਼ੀਲ ਦੇ ਇੱਕ ਮੁੰਡੇ ਵੱਲੋਂ ਹੀ ਜਿਹਦੀ ਉਮਰ ਦੱਸੀ ਜਾ ਰਹੀ ਹੈ 32 ਸਾਲ ਉਹਦੇ ਵੱਲੋਂ ਹੀ ਬਿਨਾਂ ਮਤਲਬ ਤੋਂ 25 ਕਾਰਾਂ ਨੂੰ ਨੇ ਡੈਮੇਜ ਕੀਤਾ ਈ ਵੀ ਉਹ ਗੱਡੀਆਂ ਦੇ ਉਹਨਾਂ ਦੇ ਸ਼ੀਸ਼ੇ ਵਗੈਰਾ ਭੰਨੇ ਆ ਜਿਵੇਂ ਤੁਸੀਂ ਇਹ ਸਕਰੀਨ ਦੇ ਵਿੱਚ ਦੇਖ ਰਹੇ ਆਂ ਇਹ ਫੋਟੋ ਦੇ ਵਿੱਚ ਤੇ ਇਹ ਵੀ ਪਤਾ ਨਹੀਂ ਲੱਗ ਰਿਹਾ ਵੀ ਉਹਨੇ ਕਿਹੜੀ ਵਜ੍ਹਾ ਤੋਂ ਇਹ ਵੀ ਗੱਡੀਆਂ ਨੂੰ ਉਹਨਾਂ ਨੇ ਉਹਨੇ 25 ਗੱਡੀਆਂ ਨੂੰ ਉਹਨੇ ਡੈਮੇਜ ਕੀਤਾ ਜਿਵੇਂ ਪੱਥਰ ਮਾਰ ਕੇ ਉਹਨਾਂ ਦੇ ਸ਼ੀਸ਼ੇ ਭੰਨ ਤੇ ਸਾਰੀਆਂ ਗੱਡੀਆਂ ਦੇ ਤੇ ਇਹ ਜਿਹੜਾ ਹੀ ਇਹਨੇ ਕੰਮ ਕੀਤਾ ਹੀ ਇਹ ਪਹਿਲੀ ਵਾਰੀ ਨਹੀਂ ਮਤਲਬ ਇਹ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਇਹ ਪਹਿਲਾਂ ਵੀ ਕੁਝ ਐਦਾਂ ਦੇ ਕੇਸਾਂ ਵਿੱਚ ਹੀ ਪਹਿਲਾਂ ਵੀ ਇਹ ਪੁਲਸ ਵੱਲੋਂ ਇਹ ਅਰੈਸਟ ਕੀਤਾ ਗਿਆ ਵੀ ਜਾਂ ਤਾਂ ਵੀ ਕੋਈ ਇਹਦੇ ਡਿਪਰੈਸ਼ਨ ਵਗੈਰਾ ਜਾਂ ਕੋਈ ਅਪਸੈਟ ਵਗੈਰਾ ਹੋ ਸਕਦਾ ਵੀ ਉਹ ਵਜ੍ਹਾ ਤੇ ਜਿਹੜੀ ਇਹਨੇ ਗੱਡੀਆਂ ਦੇ ਸ਼ੀਸ਼ੇ ਭੰਨੇ ਆ ਵੀ ਇਹ ਗੱਲ ਕੋਈ ਸਾਹਮਣੇ ਨਹੀਂ ਆਈ ਹੈਗੀ ਵੀ ਇਹਨੇ ਕਿਹੜੀ ਗੱਲ ਤੋਂ ਵੀ ਗੱਡੀਆਂ ਦੇ ਸ਼ੀਸ਼ੇ ਭੰਨੇ ਆ ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਖਬਰ ਵੱਲ ਜਿਹੜੀ ਹੁਣ ਨੈਕਸਟ ਖਬਰ ਆਈ ਉਹ ਬਰੇਸ਼ੀਆ ਤੋਂ ਆ ਰਹੀ ਆ ਵੀ ਬਰੇਸ਼ੀਆ ਦੇ ਵਿੱਚ ਹੀ 10 ਜਾਣਿਆਂ ਨੂੰ ਵੀ ਹਸਪੀਟਲ ਦੇ ਵਿੱਚ ਦਾਖਲ ਕਰਵਾਉਣਾ ਪਿਆਈ ਇਹ ਕੋਈ ਵੀ ਘੱਟ ਉਮਰ ਦੇ ਬੰਦਿਆਂ ਨੂੰ ਹੀ ਦਾਖਲ ਨਹੀਂ ਕਰਵਾਉਣਾ ਪਿਆ ਵੀ ਇਹਦੇ ਵਿੱਚ ਜਿਹੜੇ ਇਹ 10 ਬੰਦੇ ਸੀਗੇ ਇਹ ਉਹ ਵੱਧ ਉਮਰ ਦੇ ਹੀ ਸੀਗੇ ਤੇ ਇਹਨਾਂ ਨੂੰ ਹੀ ਦਾਖਲ ਇਹ ਵਜ੍ਹਾ ਤੋਂ ਕਰਵਾਉਣਾ ਪਿਆ ਹੀ ਹਸਪੀਟਲ ਦੇ ਵਿੱਚ ਕਿਉਂਕਿ 9 ਸਾਲ ਵਾਲੇ ਦਿਨ ਇਹਨਾਂ ਨੇ ਡਰਿੰਕ ਕਾਫੀ ਜ਼ਿਆਦਾ ਕੀਤੀ ਸੀ ਤੇ ਉਹਦੀ ਵਜ੍ਹਾ ਕਰਕੇ ਇਹ ਸੜਕਾਂ ਤੇ ਪਾਏ ਮਿਲੇ ਵੀ ਉਹਦੇ ਕਰਕੇ ਹੀ ਇਹਨਾਂ ਨੂੰ ਦਾਖਲ ਕਰਵਾਉਣਾ ਪਿਆ ਹੀ ਹਸਪੀਟਲ ਦੇ ਵਿੱਚ ਤੇ ਇਸ ਤੋਂ ਬਾਅਦ ਹੀ ਜਿਹੜੀ ਨੈਕਸਟ ਖਬਰ ਆਈ ਉਹ ਹੈਗੀ ਆ ਪਾਕਿਸਤਾਨ ਕਰਾਚੀ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਕਿ ਇੱਕ Hindu Temple ਤੇ ਹੀ ਅਟੈਕ ਕੀਤਾ ਗਿਆ ਹੀ ਤਕਰੀਬਨ ਅਰਾਊਂਡ 1500 ਲੋਕਾਂ ਵੱਲੋਂ ਜਿਹੜਾ ਇਹ ਅਟੈਕ ਕੀਤਾ ਗਿਆ ਹੀ 30 ਦਸੰਬਰ ਨੂੰ ਜਿਹੜਾ ਇਹਨਾਂ ਨੇ ਅਟੈਕ ਕੀਤਾ ਤੇ ਉਹਦੇ ਵਿੱਚ ਹੀ 26 ਲੋਕਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਮੁਸਲਿਮ ਧਰਮ ਦੇ ਜਿਹੜੇ ਲੀਡਰ ਆਈ ਉਹ ਵੀ ਇਹਦੇ ਵਿੱਚ ਸ਼ਾਮਲ ਆ ਤੇ ਇਸ ਤੋਂ ਬਾਅਦ ਚੱਲਦੀ ਨੈਕਸਟ ਖਬਰ ਵਾਲ ਜਿਹੜੀ ਹੁਣ ਨੈਕਸਟ ਖਬਰ ਆਈ ਉਹ ਇਟਲੀ ਦੇ ਹੈਲਥ ਮਿਨਿਸਟਰੀ ਰਿਵੈਰ ਤੋਂ ਵੱਲੋਂ ਜਿਹੜੀ ਹੁਣ ਬਿਆਨ ਕੀਤਾ ਗਿਆਈ ਜਿਹੜੀ ਖਬਰ ਆ ਵੀ ਉਹਦੇ ਵਿੱਚ ਉਹ ਦੱਸ ਰਹੇ ਆ ਵੀ ਸਤੰਬਰ ਦੇ ਲੋਕਾਂ ਦੇ ਜਿਹੜੀ ਵੈਕਸੀਨ ਆਈ ਇਹ ਲੱਗ ਜਾਣੀ ਵੀ ਉਦੋਂ ਤੱਕ ਜਿਹੜਾ ਹੀ ਸਾਰੇ ਹਾਲਾਤ ਆਈ ਇਹੋ ਵੀ ਠੀਕ ਹੋ ਜਾਣੇ ਇਟਲੀ ਦੇ ਹਾਲਾਤ ਪਰ ਜਿਹੜਾ ਹੀ ਇਹ ਸਾਲ ਆਈ ਤਕਰੀਬਨ ਜਿਹੜਾ ਹੁਣ ਨਵਾਂ ਸਾਲ ਇਹ ਚੜਿਆ ਤਾਂ ਇਹਦੇ ਵਿੱਚ ਤਕਰੀਬਨ ਇਹ ਸਾਰਾ ਸਾਲ ਵੀ ਐਦਾਂ ਹੀ ਲੰਘ ਜਾਣਾ ਵੀ ਜਿਵੇਂ ਕਾਨੂੰਨ ਵਗੈਰਾ ਹੀ ਚੱਲਦੇ ਆ ਤਾਂ ਇਹ ਸਾਰੇ ਹੀ ਦਸੰਬਰ ਮਹੀਨੇ ਤੱਕ ਵੀ ਤਕਰੀਬਨ ਇਹ ਸਾਲ ਐਦਾਂ ਹੀ ਆਪਣਾ ਲੰਘ ਜਾਣਾ ਵੀ ਇੰਨੀ ਛੇਤੀ ਜਿਹੜਾ ਇਹ ਵਾਇਰਸ ਆ ਵੀ ਇਹੋ ਜਾਣਾ ਨਹੀਂ ਹੈਗਾ ਵੀ ਜੇ ਆਪਾਂ ਹੁਣ ਸੋਚਦੇ ਆਂ ਵੀ ਇਹ ਵੈਕਸੀਨ ਆ ਚੁੱਕੀ ਆ ਤਾਂ ਜਿਹੜੇ ਪਹਿਲਾਂ ਜਿਹੜੀ ਹੁਣ ਸਿਚੁਏਸ਼ਨ ਸੀਗੀ ਤਾਂ ਇਹ ਉਹਨੂੰ ਹੁਣ ਟਾਈਮ ਲੱਗਣਾ ਵੀ ਜਿਵੇਂ ਹੀ 1 ਸਾਲ ਦੇ ਵਿੱਚ ਤਕਰੀਬਨ ਪੂਰੀ ਦੁਨੀਆ ਦੇ ਵਿੱਚ ਜਿਹੜੇ ਕਰੋੜਾਂ ਤੋਂ ਉੱਪਰ ਜਿਹੜੇ ਕੇਸ ਆਏ ਹੋ ਪਾਏ ਗਏ ਆ ਵੀ ਜਿਹੜੀ ਡੈਥ ਹੋਈ ਆ ਤਾਂ ਜਿਹੜਾ ਹੀ ਹੁਣ ਇਹ ਸਿਚੁਏਸ਼ਨ ਠੀਕ ਹੋਣ ਦੇ ਲਈ ਵੀ ਟਾਈਮ ਲੱਗਣਾ ਵੀ ਜਿਹੜਾ ਆਪਣਾ ਇਹ ਸਾਲ ਆ ਤਾਂ ਇਹ ਸਾਲ ਵੀ ਆਪਣਾ ਹੀ ਕੋਵਿਡ ਦੇ ਨਿਊਜ਼ਾਂ ਦੇ ਲਈ ਤੁਹਾਡਾ ਜਿਵੇਂ ਤੁਹਾਨੂੰ ਸੁਣਨ ਚਾਹਣ ਗਿਆ ਕੋਵਿਡ ਦੀਆਂ ਖਬਰਾਂ ਵੀ ਇਹਦੇ ਵਿੱਚ ਵੀ ਇਹ ਆਪਣਾ ਸਾਲ ਇਦਾਂ ਹੀ ਲੰਘ ਜਾਣਾ ਤੇ ਇਹਨਾਂ ਦਾ ਕਹਿਣਾ ਵੀ ਜਿਹੜੀ 1 ਅਪ੍ਰੈਲ ਤੱਕ ਵੀ ਆਹ ਜੜਾ ਹੀ ਚੌਥਾ ਮਹੀਨਾ ਆਪਣਾ ਵੀ 1 ਅਪ੍ਰੈਲ ਤੱਕ ਤਕਰੀਬਨ ਜੇ ਹੁਣ ਬੰਦੇ ਸਾਰੇ ਸਹਿਮਤ ਰਹਿਣਗੇ ਵੀ ਹਾਂ ਉਹ ਵੈਕਸੀਨ ਲਗਾਉਣ ਦੇ ਲਈ ਹਮੀ ਭਰਨਗੇ ਤਾਂ ਹੀ 1 ਕਰੋੜ 30 ਲੱਖ ਲੋਕ ਹੋਣਗੇ ਕਿ ਜਿਨ੍ਹਾਂ ਦੇ ਇਹ ਵੈਕਸੀਨ ਲੱਗ ਜੈਣੀ ਪਰ ਐਦਾਂ ਨਹੀਂ ਹੋਣਾ ਵੀ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਵੀ ਜਿਹੜਾ ਹੀ ਪਹਿਲਾਂ ਵਾਲੀ ਲਾਈਫ ਜਿਹੜੀ ਆਪਣੀ ਉਹ ਵੀ ਸ਼ੁਰੂ ਹੋ ਜੂਗੀ ਹੋ ਜੂਗੀ ਵੀ ਜਿਵੇਂ ਜਿਹੜੀ ਵੈਕਸੀਨ ਆਈ ਉਹ ਤਕਰੀਬਨ ਲੱਗ ਜਣੀ ਤਾਂ ਜਿਵੇਂ ਹੁਣ ਜਿਹੜੇ ਕੋਵਿਡ-19 ਦੇ ਜਿਹੜੇ ਕੇਸ ਆ ਤਾਂ ਇਹੋ ਇੱਕ ਬੰਦੇ ਦੇ ਜਿਵੇਂ ਠੀਕ ਹੋਣ ਦੇ ਬਾਵਜੂਦ ਵੀ ਜਿਹੜਾ ਇਹ ਵਾਇਰਸ ਆ ਉਹ ਮੁੜ ਕੇ ਫੇਰ ਉਹ ਬੰਦਿਆਂ ਦੇ ਵਿੱਚ ਪਾਇਆ ਗਿਆ ਵੀ ਜਿਵੇਂ ਆਪਾਂ ਨੂੰ ਪਹਿਲਾਂ ਜਿਹੜੇ ਕੇਸ ਸਾਹਮਣੇ ਆਏ ਆ ਵੀ ਬੰਦੇ ਤੰਦਰੁਸਤ ਹੋਣ ਦੀ ਬਾਅਦ ਵੀ ਜਿਵੇਂ ਉਹਨਾਂ ਨੂੰ ਹਸਪੀਟਲ ਦੇ ਵਿੱਚੋਂ ਛੁੱਟੀ ਵੀ ਹੋਊਗੀ ਤਾਂ ਉਦੋਂ ਬਾਅਦ ਉਹ ਪੋਜ਼ਿਟਿਵ ਪਾਏ ਗਏ ਆ ਤੇ ਹੁਣ ਇਸ ਤੋਂ ਬਾਅਦ ਹੀ ਗੱਲ ਕਰੀਏ ਆਪਾਂ ਯੂਕੇ ਦੀ ਤਾਂ ਯੂਕੇ ਦੇ ਵਿੱਚ ਜਿਹੜੇ ਹੁਣ ਕੇਸ ਆਏ ਆਈ ਪਿਛਲੇ 24 ਘੰਟਿਆਂ ਦੇ ਵਿੱਚ 57725 ਨਵੇਂ ਕੇਸ ਆਏ ਤੇ ਉਹ ਜਿਹੜੀ ਡੈਥ ਹੋਈ ਆਈ 445 ਜਣਿਆਂ ਦੀ ਡੈਥ ਹੋਈ ਆ ਤੇ ਜਿਹੜੀ ਹੁਣ ਤੱਕ ਟੋਟਲ ਡੈਥ ਹੋਈ ਆਈ ਯੂਕੇ ਦੇ ਵਿੱਚ ਹੀ ਉਹ 74570 ਬੰਦੇ ਦੀ ਡੈਥ ਹੋ ਚੁੱਕੀ ਆਈ ਟੋਟਲ ਤੇ ਜਿਹੜੇ ਕੇਸ ਆਏ ਉਹ ਤਕਰੀਬਨ 26 ਲੱਖ ਕੇਸ ਹੋਣ ਵਾਲੇ ਆ ਜੇ ਆਪਾਂ ਤੁਹਾਨੂੰ ਪਰਫੈਕਟ ਕੇਸ ਦੱਸੀਏ ਤਾਂ ਹੀ 2599789 ਕੇਸ ਹੋ ਚੁੱਕੇ ਆਈ ਟੋਟਲ ਕੇਸ ਤੇ ਹੁਣ ਇਸ ਤੋਂ ਬਾਅਦ ਹੀ ਫਰਾਂਸ ਦੇ ਵਿੱਚ ਦੇਖੀਏ ਜਿਹੜੇ ਨਵੇਂ ਕੇਸ ਆਏ ਆਂਦਾਈ ਇਹ 3466 ਨਵੇਂ ਮਾਮਲੇ ਦਰਜ ਕੀਤੇ ਗਏ ਆ ਤੇ 156 ਜਣਿਆਂ ਦੀ ਉਰੇ ਨਿਊ ਡੈਥ ਹੋਈ ਆ ਤੇ ਜਿਹੜੀਆਂ ਹੁਣ ਤੱਕ ਮੌਤਾਂ ਹੋਈਆਂ ਹੀ ਫਰਾਂਸ ਦੇ ਵਿੱਚ ਕੋਵਿਡ-19 ਕਰਕੇ ਇਹੋ 64921 ਬੰਦਿਆਂ ਦੀ ਹੁਣ ਤੱਕ ਮੌਤ ਹੋਈ ਆ ਤੇ ਟੋਟਲ ਕੇਸਾਂ ਦੀ ਗੱਲ ਕਰੀਏ ਤਾਂ ਇਹ 2643000 239 ਕੇਸ ਆਈ ਇਸ ਟਾਈਮ ਜਿਹੜੇ ਹੈਗੀਆਂ ਫਰਾਂਸ ਦੇ ਵਿੱਚ ਤੇ ਐਕਟਿਵ ਕੇਸਾਂ ਦੀ ਗੱਲ ਕਰੀਏ ਇਹਦੇ ਵਿੱਚ 23 ਲੱਖ 84 ਹਜ਼ਾਰ 97 ਇਸ ਟਾਈਮ ਜਿਹੜੀ ਫਰਾਂਸ ਦੇ ਵਿੱਚ ਐਕਟਿਵ ਕੇਸ ਆ ਤੇ ਜਿਹੜੇ ਠੀਕ ਹੋਈਆਂਈ 1 ਲੱਖ 94 ਹਜ਼ਾਰ 221 ਬੰਦਾ ਠੀਕ ਹੋਇਆ ਤੇ ਜਿਹੜੇ ਆਈਸੀਯੂ ਦੇ ਵਿੱਚ ਆਈ ਇਹ 2634 ਬੰਦਾ ਇਸ ਟਾਈਮ ਆਈਸੀਯੂ ਦੇ ਵਿੱਚ ਹੈਗਾ ਤੇ ਜਰਮਨ ਦੀ ਗੱਲ ਕਰੀਏ ਤਾਂ ਜਰਮਨ ਦੇ ਵਿੱਚ ਜਿਹੜੇ ਨਿਊ ਕੇਸ ਆਈਆਂ ਤਾਂ ਇਹ 5069 ਨਵੇਂ ਮਾਮਲੇ ਦਰਜ ਕੀਤੇ ਗਏ ਆ ਤੇ ਜਿਹੜੀ ਡੈਥ ਹੋਈ ਆਈ 139 ਜਣਿਆਂ ਦੀ ਨਿਊ ਡੈਥ ਹੋਈ ਆ ਤੇ ਟੋਟਲ ਕੇਸਾਂ ਦੀ ਗੱਲ ਕਰੀਏ ਤਾਂ 17,67,594 ਟੋਟਲ ਕੇਸ ਹੋ ਚੁੱਕੀਆਂ ਆਈ ਜਰਮਨ ਦੇ ਵਿੱਚ ਤੇ ਜਿਹੜੀਆਂ ਮੌਤਾਂ ਹੋਈਆਂ ਡੈਥ ਹੋਈਆਂ ਤਾਂ ਇਹ ਉਹ 34658 ਜਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆਈ ਜਰਮਨ ਦੇ ਵਿੱਚ ਤੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਹ 364836 ਇਸ ਟਾਈਮ ਜਿਹੜੇ ਐਕਟਿਵ ਕੇਸ ਆਈ ਜਰਮਨ ਦੇ ਵਿੱਚ ਤੇ ਜਿਹੜੇ ਆਈਸੀਯੂ ਦੇ ਵਿੱਚ ਆ 5726 ਬੰਦਾ ਇਸ ਟਾਈਮ ਆਈਸੀਯੂ ਦੇ ਵਿੱਚ ਆ ਤੇ ਜਿਹੜੇ ਠੀਕ ਹੋਈ 1368100 ਬੰਦਾ ਠੀਕ ਹੋ ਚੁੱਕੇ ਆ तकरीबन 17 ਲੱਖ ਦੇ ਵਿੱਚੋਂ ਤੇ ਇਹੀ ਸੀਗੀ ਅੱਜ ਦੀ ਕੁਝ ਆਪਣੀ ਅਪਡੇਟ ਤੇ ਮਿਲਦੇ ਆਂ ਹੀ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਅਪਡੇਟ ਦੇ ਨਾਲ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਹੀ ਲਾਈਕ ਜਰੂਰ ਕਰੇ ਕਰੋ ਵੀਡੀਓ ਨੂੰ ਤਾਂ ਕਿ ਇਹਦੇ ਨਾਲ ਹੀ ਆਪਾਂ ਨੂੰ ਇੱਕ ਮੋਟੀਵੇਸ਼ਨੇ ਮਿਲਦੀ ਹੈ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਆ ਇੱਕ ਸਾਨੂੰ ਪਤਾ ਲੱਗਦਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਲਾਈਕ ਜਰੂਰ ਕਰੇ ਕਰੋ ਇਹ ਵੱਧ ਤੋਂ ਵੱਧ ਸਪੋਰਟ ਕਰੇ ਕਰੋ ਤੇ ਠੀਕ ਆ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲੀ ਬੈਲ ਨੂੰ ਦਬਾ ਦਿਓ ਤਾਂ ਕਿ ਜਿਹੜੀ ਅਗਲੀ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ